ਕਿਹਾ ਫੁੱਲ ਨੇ ਹੀਣ ਭਾਵਨਾਵਾਲੇ ਮਨੁੱਖ ਨੂੰ ਮਰਨਾ ਤਾਂ ਹੈ ਹੀ ਕੁਝ ਪਲ ਜੀਵੀ ਲੈ ਜੀਣ ਬਿਨਾ ਮਰਨ ਦਾ ਕੀ ਮਜ਼ਾ ਹੈ ਇਹ ਮੁਹੱਬਤ ਹੀ ਸਮਝੋ ਮਨੁੱਖ ਨਾਲ ਫੁੱਲ ਦੀ ਜੋ ਰੋਜ਼ ਖਿੜਦਾ ਹੈ ਮੁਰਝਾਉਂਦਾ ਹੈ ਉਸ ਨੂੰ ਸਮਝਾਉਣ ਲਈ ਇਹ ਸਤਰਾਂ ਹਨ ਉਸ ਕਵੀ ਦੀਆਂ ਜਿਸ ਦੀ ਪਹਿਲੀ ਹੀ ਪੁਸਤਕ ਉਦੇ ਤੋਂ ਅਸਥ ਹੋਣ ਤੀਕ ਤੇ ਪ੍ਰਕਾਸ਼ਨ ਨੇ ਕਵਿਤਾ ਅਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਵੀ ਦਾ ਨਾਮ ਹੈ ਜਗਮੋਨ ਸਿੰਘ। ਆਓ ਸੁਣਦੇ ਹਾਂ ਉਸ ਤੋਂ ਉਸ ਦਾ ਕਲਾਮ। ਸਿਆਲਾਂ ਦੀ ਯਖ ਠੰਡੀ ਰਾਤ ਚ ਦਾਦੀ ਸਿਖਾਉਂਦੀ ਹੈ ਪੁੱਤਿਆਂ ਨੂੰ ਜਾਚ ਫਿਕਰਾਂ ਦੀ ਪੰਡ ਲੰਬੇ ਰੱਖਣ ਦੀ ਭੁੱਖਿਆਂ ਸੌਣ ਦੀ ਪਾਲੇ ਚ ਠਰਨ ਦੀ ਉਫ ਨਾ ਕਰਨਦੀ ਸਿਆਲਾਂ ਦੀ ਅਖ ਠੰਡੀ ਰਾਤ ਚ ਦਾਦੀ ਸਮਝਾਉਂਦੀ ਹੈ ਮਸੂਮ ਪੋਤਿਆਂ ਨੂੰ ਜੀਉਣ ਦੇ ਅਰਥ ਤਾਣ ਉੱਚੀ ਰੱਖਣ ਦੀ ਵਿਦਾ ਮੌਤ ਦੇ ਮਾਣੇ ਨਿਹਾਜ ਖੜਕੇ ਮੁਸਕਰਾਉਣ ਦੀ ਅਦਾ ਸਿਆਲਾਂ ਦੀ ਅਖ ਠੰਡੀ ਰਾਤ ਚ ਦਾਦੀ ਨਿਹਾਰਦੀ ਹੈ ਸੁੱਤੇ ਬਾਲਾਂ ਦੇ ਚਿਹਰੇ ਗੱਲਾਂ ਪਲੋਸਦੀ ਹੈ ਸਿਰਾਂ ਤੇ ਹੱਥ ਫੇਰਦੀ ਹੈ ਮਨ ਹੀ ਮਨ ਸਭ ਕੁਝ ਨਿਸਾਰਦੀ ਹੈ ਸਿਆਲਾਂ ਦੇ یخ ਠੰਡੇ ਦਿਨ ਦਾਦੀ ਜਗਾਉਂਦੀ ਹੈ ਬੇਫਿਕਰ ਸੁੱਤੇ ਬਾਲਾਂ ਨੂੰ ਪਿਆਰਦੀ ਹੈ ਤਿਆਰਦੀ ਹੈ ਪਿੱਠਾਂ ਪਲੋਸਦੀ ਹੈ ਬਾਰ ਬਾਰ ਚੁੰਮਦੀ ਹੈ ਕੁੱਟਕੁੱਟ ਸੀਨੇ ਲਾਉਂਦੀ ਹੈ ਦਾਦੇ ਦੇ ਰਾ ਅਨੁਸਰਣ ਲਈ ਤੋਰਦੀ ਹੈ ਸਿਆਲਾਂ ਦੇ ਉਸ یخ ਠੰਡੇ ਦਿਨ ਸੂਰਜ ਨਹੀਂ ਨਿਕਲਦਾ ਦੋ ਟਿਮਟਮੋਂਦੇ ਦੀਵੇ ਜੋ ਗਿਰਦਾ ਰੁchnਉਂਦੇ ਨੇ ਦੋ ਤਾਜ਼ਾ ਖਿੜੇ ਫੁੱਲ ਮਹਿਕਾਂ ਬਖੇਰਦੇ ਨੇ ਹਰ ਕਿਸੇ ਦੇ ਮਨ ਨੂੰ ਪਾਉਂਦੇ ਨੇ ਨੀਹਾਂ ਚਿਣਨ ਤੋਂ ਨਹੀਂ ਘਬਰਉਂਦੇ ਹੱਸ ਕੇ ਅਲਵਿਦਾ ਕਹਿੰਦੇ ਨੇ ਰਾਜ ਮਿਸਤਰੀ ਦੀ ਅੱਖ 'ਚੋਂ ਹੰਝੂ ਡਲਕਦਾ ਹੈ ਜਲਾਦ ਦੇ ਕਾਲਜੇ 'ਚੋਂ ਹੂਕ ਨਿਕਲਦੀ ਹੈ ਸਿਆਲਾਂ ਦੇ ਉਸ یخ ਠੰਡੇ ਦਿਨ ਸਿਆਲਾਂ ਦੇ ਉਸ یخ ਠੰਡੇ ਦਿਨ ਦਾਦੀ ਢੁੰਡਣ ਨਿਕਲਦੀ ਹੈ ਮਾਸੂਮ ਪੋਤਿਆਂ ਨੂੰ ਸਿਆਹ ਪ੍ਰਕਾਸ਼ ਮੀਲਾਂ ਦਾ ਸਫਰ ਕਰਨ ਨਾਲ ਜਰ ਰਲਦੀ ਹੈ ਦਾਦੀ ਪੋਤਿਆਂ ਦੀ ਪਿਆਰਗਾਥਾ ਨੂੰ ਅਮਰ ਕਰ ਦਿੰਦੀ ਹੈ ਦਾਦੀ ਪੋਤਿਆਂ ਦੀ ਪਿਆਰਗਾਥਾ ਨੂੰ ਅਮਰ ਕਰ ਦਿੰਦੀ ਹੈ ਥੈਂਕ ਯੂ